ਅਸੀਂ ਪਹਿਲੇ ਅੰਮ੍ਰਿਤਸਰ ਕਰਵਾਉਂਦੇ ਸੀ, ਉਸ ਤੋਂ ਬਾਅਦ ਅਸੀਂ ਇੱਥੇ ਆਏ ਸੀ। ਇਹ ਗਿਲਟੀ ਸੀ, ਉਹ ਬਾਹਰ ਆਉਣ ਲੱਗ ਪਈ ਪਹਿਲਾਂ, ਉਸ ਤੋਂ ਬਾਅਦ ਹੁਣ ਥੋੜ੍ਹਾ ਚਿਰ ਹੋ ਗਿਆ, ਉਦੋਂ ਸਾਹ ਰੁਕਣ ਲੱਗ ਪਿਆ ਸੀਗਾ, ਖਾਣਾ ਅਟਕਣ ਲੱਗ ਪਿਆ। ਉਹਨਾਂ ਨੇ ਸਾਨੂੰ ਪਹਿਲੇ ਹੀ ਓਪਰੇਟ ਦੱਸਿਆ ਸੀਗਾ, ਫਿਰ ਥੋੜ੍ਹਾ ਚਿਰ ਮੈਡੀਸਨ ਚੱਲੀ, 20-25 ਦਿਨ ਮੈਡੀਸਨ ਚੱਲੀ, ਉਸ ਤੋਂ ਬਾਅਦ ਫਿਰ ਇਹਨਾਂ ਓਪਰੇਟ ਕੀਤਾ, 2 ਦਿਨ ਰੱਖਿਆ, ਤੀਸਰੇ ਦਿਨ ਡਿਸਚਾਰਜ ਕਰ ਦਿੱਤਾ।